2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਚ ਸਰਗਰਮੀਆਂ ਤੇਜ਼ ਹੋ ਗਈਆਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ 100 ਦਿਨ ਦੇ ਦੌਰੇ ਤੇ ਨਿਕਲੇ ਹੋਏ ਨੇ। ਇਸ ਦੇ ਚੱਲਦੇ ਉਹ ਹਲਕਾ ਸਮਰਾਲਾ ਦੇ ਮਾਛੀਵਾੜਾ ਸਾਹਿਬ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਵਿੱਚ ਨਤਮਸਤਕ ਹੋਏ। ਇਸ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਮਰਾਲਾ ਹਲਕੇ ਤੋਂ ਪਰਮਜੀਤ ਸਿੰਘ ਢਿੱਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ। ਹੁਣ ਸਮਰਾਲਾ ਦੇ ਕਾਂਗਰਸ ਵਿਧਾਇਕ ਅਮਰੀਕ ਸਿੰਘ ਢਿੱਲੋਂ ਤੇ ਉਸਦੇ ਪੋਤੇ ਪਰਮਜੀਤ ਸਿੰਘ ਢਿੱਲੋਂ ਵਿਚਕਾਰ ਟੱਕਰ ਹੋਵੇਗੀ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਪੱਤਰਕਾਰ ਮਨਦੀਪ ਸਿੰਘ ਬੱਲੋਪੁਰ ਨੇ ਅਮਰੀਕ ਸਿੰਘ ਢਿੱਲੋਂ ਕਾਂਗਰਸ ਵਿਧਾਇਕ ਸਮਰਾਲਾ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਐਮਐਲ ਸਾਹਿਬ, ਅੱਜ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਢਿੱਲੋਂ ਨੂੰ ਸਮਰਾਲਾ ਤੋਂ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਜੀ, ਤੇ ਪਰਮਜੀਤ ਸਿੰਘ ਢਿੱਲੋਂ ਤੁਹਾਡੇ ਰਿਸ਼ਤੇ 'ਚ ਕੀ ਲੱਗਦੇ ਨੇ ਜੀ? ਮੇਰੇ ਮਤਲਬ ਸਕੇ ਭਰਾ ਦੇ ਪੋਤੇ ਨੇ ਉਹ ਜੀ, ਮੈਨੂੰ ਘਰ ਦੀ ਗੱਲ ਨੂੰ ਟਿਕਟ ਦੇ ਦਿੱਤਾ ਜੀ ਜੀ ਠੀਕ ਹੈ ਜੀ। ਨਹੀਂ, ਕਾਰਨ ਕੀ ਸੀ ਉਹ ਅਕਾਲੀ ਦਲ ਦੇ ਵਿੱਚ ਤੇ ਤੁਸੀਂ ਕਾਂਗਰਸ ਦੇ ਐਮਐਲਏ ਹੋ ਮੌਜੂਦਾ ਹੁਣ, ਉਹ ਕਾਰਨ ਕੀ ਹੈ ਕਿ ਉਹ ਅਕਾਲੀ ਦਲ ਵੱਲ ਕਿਉਂ ਗਏ? ਉਹਨਾਂ ਦੇ ਪਹਿਲਾਂ ਦੀ ਬੇਟੇ ਦਾ ਰੁਝਾਨ ਇਹੀ ਸੀਗਾ ਗੱਲ ਜੀ, ਪਹਿਲਾਂ ਉਹਨੇ ਆਪਣੀ ਪੰਜਾਬ ਯੂਥ ਫੋਰਸ ਬਣਾਈ, ਫਿਰ ਆਮ ਆਦਮੀ ਦੇ ਵੱਟੀ ਚੜਿਆ ਗਿਆ, ਫਿਰ ਕਦੇ ਮਤਲਬ ਕਿਸੇ ਪਾਸੇ ਕਦੇ ਕਿਸੇ ਪਾਸੇ, ਹੁਣ ਆ ਕੇ ਜੀ ਅਕਾਲੀ ਦਲ ਨੇ ਜੁਆਇਨ ਕਰ ਲਿਆ ਸੀਗਾ। ਉਸ ਤੋਂ ਬਾਅਦ ਅਕਾਲੀ ਦਲ ਨੇ ਉਹਨੂੰ ਅਡਾਪਟ ਕਰ ਲਿਆ ਤੇ ਦਲਵੀਰ ਸਿੰਘ ਗੀਰੀਆਂ ਇਹਨਾਂ ਦਾ ਐਕਸ ਐਮਐਲਏ ਤੇ ਉਹ ਛੱਡ ਕੇ ਵੀ ਚਲੇ ਗਏ ਜੀ। ਅਕਾਲੀ ਦਲ ਚ ਕਦੋਂ ਸ਼ਾਮਿਲ ਹੋਏ ਸੀ ਪਰਮਜੀਤ ਸਿੰਘ ਢਿੱਲੋਂ? ਮੈਂ 3-4 ਸਾਲ ਤੋਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਨਹੀਂ ਹੈਗਾ ਜੀ ਜੀ। ਪਰ ਕਦੇ ਤੁਸੀਂ ਕਿਹਾ ਨੀ ਵੀ ਹਾਂ ਆਪਾਂ ਕਾਂਗਰਸ ਦੇ ਨਾਲ ਚੱਲੀਏ, ਹਨਾ ਇਕੱਠੇ ਚੱਲੀਏ? ਤੀਸਰੀ ਪੀੜੀ ਚਲੇ ਜਾਂਦੇ, ਨੈਚੁਰਲੀ ਗੱਲ ਹੈ ਮਤਲਬ ਆਪਣੇ ਥੋੜਾ ਬਹੁਤ ਪਰਿਵਾਰਾਂ ਚ ਫਰਕ ਪੈ ਜਾਂਦੇ ਹੁੰਦੇ ਨੇ ਜੀ ਜੀ। ਫਿਰ 2022 ਚ ਸਮਝੀ ਦਾਦੇ ਦੇ ਪੋਤੇ ਦੀ ਟੱਕਰ ਹੋਊਗੀ ਸਮਰਾਲੇ ਤੋਂ ਟੱਕਰ? ਦੇਖੋ ਮਤਲਬ ਸਮਾਂ ਦੱਸੂਗਾ ਤਾਂ ਗੱਲ ਕਾਰਨ ਕੀ ਸੀ ਪੋਤਾ ਦਾਦੇ ਦੇ ਵਿਰੁੱਧ ਚੋਣ ਮੈਦਾਨ ਚ ਆ ਗਿਆ? ਓਹਨੇ ਇਹ ਸੋਚਿਆ ਨੀ ਵੀ ਹਾਂ ਦਾਦਾ ਤੋਂ ਬਹੁਤ ਕੁਛ ਸਿੱਖਿਆ ਹੋਊਗਾ ਬਚਪਨ ਦੇ ਵਿਚ, ਵੱਡਾ ਹੋ ਕੇ ਦਾਦੇ? ਇੱਕ ਬੰਦੇ ਦੀ ਆਪਣੀ ਅਲਹਿਦਾ ਅਲਹਿਦਾ ਸੋਚ ਹੈ, ਮਤਲਬ ਕਈ ਵਾਰ ਬੰਦੇ ਦੇ ਮਨ ਚ ਕੁਛ ਬਹੁਤ ਵੱਡੇ ਵੱਡੇ ਖਿਆਲ ਆਉਂਦੇ ਨੇ ਗਲਤ ਕੇ ਮੈਂ ਵੀ ਕੁਛ ਮਤਲਬ ਪਾਣਾ ਜੀ। ਤੁਹਾਨੂੰ ਲੱਗਦਾ ਵੀ ਇਸ ਦੇ ਵੀ ਪਿੱਛੇ ਜਿਹੜਾ ਪਰਿਵਾਰ ਹੈ, ਪਰਿਵਾਰ ਦੋ ਫੜ ਹੋਊਗਾ? ਨਹੀਂ, ਪਰਿਵਾਰ ਤਾਂ ਪਹਿਲੇ ਹੀ ਮਤਲਬ ਦੋ ਫੜ ਹੋਇਆ ਹੀ ਹੋਇਆ ਜੀ, ਗੱਲ ਸਹੀ ਵਧਾਈ ਦੇਓਗੇ ਪੋਤੇ ਨੂੰ ਅੱਜ ਉਮੀਦਵਾਰ ਦੇ ਐਲਾਨ ਦੀ? ਵਧਾਈ ਤਾਂ ਕਿਉਂ ਦਊਂਗਾ ਜੀ, ਮੈਂ ਮਤਲਬ ਠੀਕ ਹੈ ਟਿਕਟ ਦੇ ਦਿੱਤਾ ਗੱਲ ਜੀ ਜੀ, ਸਮਝ ਕੇ ਦਿੱਤਾ ਹੋਊਗਾ ਅਕਾਲੀ ਦਲ ਨੇ ਸੋਚ ਕੇ। ਇਹਦੇ ਵਿੱਚ ਕੋਈ ਰਾਜਨੀਤੀ ਤਾਂ ਨਹੀਂ? ਮੈਂ ਕੋਈ ਰਾਜਨੀਤੀ ਨਹੀਂ ਗੱਲ, ਮੈਂ 4 ਵਾਰ ਇੱਥੇ ਐਮਐਲਏ ਬਣ ਲਿਆ ਗੱਲ ਜੀ ਜੀ, ਤੇ ਹਰ ਇੱਕ ਬੰਦਾ ਰਾਜਨੀਤੀ ਵੀ ਹੋ ਸਕਦੀ ਹੈ ਗੱਲ, ਮਤਲਬ ਹਰ ਇੱਕ ਚਾਹੁੰਦਾ ਗੱਲ ਪਾਰਟੀ ਦੀ ਮਜ਼ਬੂਤੀ ਵਾਸਤੇ, ਚੰਗੇ ਕੈਂਡੀਡੇਟਾਂ ਨੂੰ ਅੱਗੇ ਲਿਆਉਣ ਵਾਸਤੇ ਗੱਲ ਜੀ ਜੀ। ਹੋ ਸਕਦਾ ਸੁਖਬੀਰ ਜੀ ਨੂੰ ਕੋਈ ਬਹੁਤ ਚੰਗਿਆਈਆਂ ਲੱਗੀਆਂ ਹੋਣ ਗੱਲ ਜੀ ਜੀ।
ਤੇ ਐਮਐਲ ਸਾਹਿਬ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ। ਸੋ ਦੱਸ ਦੇ ਕਿ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਰਮਜੀਤ ਸਿੰਘ ਬੇਹੱਦ ਮਿਹਨਤੀ ਆਗੂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਸਾਰੇ ਪਰਮਜੀਤ ਸਿੰਘ ਢਿੱਲੋਂ ਨੂੰ ਕਾਮਯਾਬ ਬਣਾਓ। ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।